Satguru Sadguru Rakho Prabhu Dolani Te Rakho 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 Dolani Te Rakho Prabhu Rakho Prabhu Rakho Prabhu Dolani Te Rakho 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 Dolani Te Prabhu Rakho Dolanute rakho rakho prabhu dolanute rakho 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 do prabhu rakho dolanute rakho prabhu Nanu de Karu, Nanu Sadi Guru, Sadi Guru, Sadi Guru, Sadi Guru, Drop
ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਚੋਂ ਕਵਿਤ ਇੱਕ ਸੈਂਕੜੇ ਵਰਸ ਪੁਰਾਣੀ ਰੀਤ ਹੈ ਸ਼ਬਦ ਵੀ ਔਖਾ ਹੈ ਇਹ ਤ੍ਰਿਪਤ ਹੈ ਇਸਦਾ ਸੇਵਕ ਪਹਿਲੇ ਪਾਠ ਕਰ ਦਿੰਦਾ ਹੈ ਤਾਂ ਕਿ ਆਪਾਂ ਸਾਰੇ ਆਨੰਦ ਮਾਣੀਏ ਫਿਰ ਦੂਸਰਾ ਸ਼ਬਦ ਸ਼ੁਰੂ ਕਰਾਂਗੇ ਦ੍ਰੋਪਦੀ ਕੁਪੀਨ ਮਾਤਰ ਦਈ ਜੋ ਮੁਨੀਸਰ ਹੈ ਤਾਂ ਤੇ ਸਭਾ ਮਦ ਬਹਿਓ ਬਸਨ ਪ੍ਰਵਾਹ ਜੀ ਤਨਕ ਤੰਦਲ ਜਗਦੀਸੇ ਦਏ ਸੁਦਾਮਾ ਤਾਂਤੇ ਪਾਏ ਚਤਰ ਪਦਾਰਥ ਅਸਾਹ ਜੀ ਦੁੱਖ ਤਕ ਜਿੰਦ ਅਰ ਬਿੰਦ ਗਹੇ ਭੇਟ ਰਾਖੇ ਤਾਂ ਕਿ ਕਾਜੇ ਚੱਕਰਪਨ ਅਨਗ੍ਰਸੇ ਗ੍ਰਾਹ ਜੀ ਕਹਾਂ ਕਹੂ ਕਰੈ ਕਛ ਹੋਤ ਨਾ ਕਾਹੂੰ ਕਹਿ ਕੀਏ ਜਾਂ ਕੀ ਪ੍ਰਭ ਮਾਨ ਲਹਿ ਸਭੈ ਸੁਖਤਾਹ ਜੀ ਦ੍ਰੋਪਦੀ ਕੁਪੀਨ ਕੁਪੀਨ ਦਾ ਅਰਥ ਹੈ ਲਗੋਟੀ ਦੁਰਵਾਸ਼ਾ ਨਿਖੀ ਰਿਖੀ ਇਸ਼ਨਾਨ ਕਰ ਰਿਹਾ ਸੀ ਨਦੀ 'ਚ ਇਸ਼ਨਾਨ ਕਰਦਿਆਂ ਉਹਦੀ ਲਗੋਟੀ ਰੁੜ ਗਈ ਪਾਣੀ 'ਚ ਹੋਰ ਬਸਤਰ ਕੋਈ ਨਹੀਂ ਬਾਹਰ ਕਿੱਦਾਂ ਨਿਕਲੇ ਕੱਪੜਾ ਹੋਰ ਕੋਈ ਨਹੀਂ ਲਗੋਟੀ ਉਂਗ ਰੁੜ ਗਈ ਅਤੇ ਦ੍ਰੋਪਦੀ ਫਿਰਦੀ ਫਿਰਦੀ ਸੈਰ ਕਰਦੀ ਉਹ ਨਦੀ ਦੇ ਕਿਨਾਰੇ ਹੋਰ ਸਹੇਲੀਆਂ ਵੀ ਨਾਲ ਨੇ ਉਹ ਲੰਘ ਰਹੀ ਹੈ ਵੱਡਾ ਦਿਨ ਚੜ੍ਹ ਆਇਆ ਸਾਰੇ ਲੋਕ ਨਹਾ ਕੇ ਘਰਾਂ ਨੂੰ ਚਲੇ ਗਏ ਅਤੇ ਵਿਚਾਰਾ ਰਿਖੀ ਉੱਥੇ ਪਾਣੀ 'ਚ ਫਸਿਆ ਹੋਇਆ ਕੀ ਕਰੇ ਨੰਗਾ ਬਾਹਰ ਕਿੱਦਾਂ ਨਿਕਲੇ ਲਗੋਟੀ ਸੀ ਰੁੜ ਗਈ ਕੱਪੜਾ ਹੋਰ ਹੈ ਕੋਈ ਨਹੀਂ ਦੁਰਵਾਸ਼ਾ ਰਿਖੀ ਨੇ ਹਾਂ ਇਹ ਲੰਘਦਿਆਂ ਦੁਰਵਾਸ਼ਾ ਵੱਲ ਵੇਖਿਆ ਦ੍ਰੋਪਦੀ ਵੀ ਪਵਿੱਤਰ ਆਤਮਾ ਸੀ ਸਭ ਆਖੋ ਸਤਨਾਮ ਸੀ ਇਹਦੀ ਗਿਣਤੀ ਵੀ ਭਗਤਾਂ ਵਿੱਚ ਹੈ ਇਹਨ ਵੇਖਿਆ ਵੀ ਵੱਡਾ ਦਿਨ ਚਾੜ੍ਹ ਆਇਆ ਸਭ ਲੋਕ ਇਸ਼ਨਾਨ ਕਰਕੇ ਟੁਰ ਗਏ ਇਹ ਇੰਨੀ ਚਿਰ ਦਾ ਮੈਂ ਵੇਖ ਰਹੀ ਪਾਣੀ 'ਚ ਖੜ੍ਹਾ ਗੱਲ ਕੀ ਹੈ ਇਹਨੇ ਪੁੱਛਿਆ ਮਹਾਂਪੁਰਖ ਤੁਸੀਂ ਐਡੀ ਦੇਰ ਤੱਕ ਪਾਣੀ 'ਚ ਖੜ੍ਹੇ ਹੋ ਉਹ ਕਹਿਣ ਲੱਗਾ ਪੁੱਤਰੀ ਲਗੋਟੀ ਰੁੜ ਗਈ ਆ ਇਸ ਵਾਸਤੇ ਮੈਂ ਪਾਣੀ 'ਚ ਖੜ੍ਹਾਂ ਬਾਹਰ ਨੰਗਾ ਸ਼ਰਮ ਦਾ ਮਾਰਿਆ ਨਿਕਲ ਨਹੀਂ ਸਕਦਾ ਹੁਣ ਉਹ ਪਾਣੀ 'ਚ ਹੈ ਦ੍ਰੋਪਦੀ ਬਾਹਰ ਕੰਢੇ 'ਤੇ ਖੜ੍ਹੀ ਹੈ ਅਤੇ ਇਹਨ ਜਿਹੜੀ ਇਹਦੀ ਸਾੜੀ ਸੀ ਨਾ ਦ੍ਰੋਪਦੀ ਦੇ ਉੱਪਰ ਉਹ ਪਾੜ ਪਾੜ ਕੇ ਓਨਾ ਕੁ ਕੱਪੜਾ ਜਿੰਨਾ ਕੁ ਲਗੋਟੀ ਦਾ ਉੱਪਰ ਹੁੰਦਾ ਹੈ ਨਾ ਉਹ ਪਾੜ ਪਾੜ ਕੇ ਐਂ ਸੁੱਟਦੀ ਹੈ ਉਹ ਪਾਣੀ 'ਚ ਫਿਰ ਉੜ ਜਾਂਦਾ ਪਾਣੀ ਤੇਜ਼ ਵਗ ਰਿਹਾ ਉਹ ਸੁੱਟਦੀ ਆ ਸਾਰੀ ਸਾੜੀ ਉਹਨੇ ਪਾੜ ਕੀ ਥੋੜ੍ਹੀ ਜਿਹੀ ਰਹਿ ਗਈ ਉਹ
ਥੋੜ੍ਹਾ ਜਿਹਾ ਕੱਪੜਾ ਉਹਦੇ ਹੱਥ 'ਚ ਆਇਆ, ਲਗੋਟੀ ਉਹਦੀ ਬਣਾ ਕੇ ਬਾਹਰ ਨਿਕਲਿਆ ਅਤੇ ਉਹਨੇ ਕਿਹਾ, ਬੇਟਾ ਤੂੰ ਅੱਜ ਮੇਰੀ ਪਤ ਰੱਖੀ ਹੈ ਅਤੇ ਪਰਮੇਸ਼ਰ ਤੇਰੀ ਪਤ ਰੱਖੀ। ਸਾਹਿਬ ਆਖੋ ਸਤਿ ਸਤਨਾਮ ਸ਼੍ਰੀ। ਪਹਿਲੀ ਤੁਕ ਵਿੱਚ ਇਹਦਾ ਜ਼ਿਕਰ ਹੈ, ਦ੍ਰੋਪਦੀ ਕੁਪੀਨ ਮਾਤਰ ਕੁਪੀਨ ਲਗੋਟੀ ਦਈ ਜੋ ਮੁਨੀਸਰ ਹੈ ਮੁਨੀ ਦ੍ਰੁਭਾਸ਼ਾ ਰਿਖੀ ਨੂੰ। ਦ੍ਰੋਪਦੀ ਕੁਪੀਨ ਮਾਤਰ ਦਈ ਜੋ ਮੁਨੀਸਰ ਹੈ ਤਾਂ ਤੇ ਸਭਾ ਮਦ ਭਇਓ ਬਸਨ ਪ੍ਰਵਾਹ ਜੂ। ਜਦੋਂ ਵੀ ਦ੍ਰੋਪਦੀ ਨੂੰ ਦਰੋਜਣ ਦਰੋਜਨ ਨੰਗਿਆ ਕਰੋ ਸਭਾ 'ਚ ਇਹਨੂੰ, ਉਹਦੀ ਪੈਜ ਉਦੋਂ ਰੱਖੀ। ਸਾਹਿਬ ਆਖੋ ਸਤਨਾਮ। ਭਾਈ ਗੁਰਦਾਸ ਜੀ ਕਹਿੰਦੇ ਕੱਪੜ ਕੋਟ ਉਸਾਰਿਆ, ਉਹ ਸਾੜੀ ਨਹੀਂ ਮੁੱਕਦੀ। ਉਹ ਦੂਤ ਲਾਉਂਦੇ ਲਾਉਂਦੇ ਥੱਕ ਗਏ, ਸਾੜੀ ਮੁੱਕੀ ਨਹੀਂ, ਕੱਪੜ ਕੋਟ ਉਸਾਰਿਆ, ਢੇਰਾਂ ਦੇ ਢੇਰ ਲੱਗ ਗਏ, ਸਾੜੀ ਨਹੀਂ ਮੁੱਕਦੀ। ਪਹਿਲੀ ਤੁੱਕ ਵਿੱਚ ਉਹ ਵੀ ਉਹਦੀ ਪੈਜ ਰੱਖੀ। ਦੂਸਰੀ ਤੁੱਕ ਵਿੱਚ ਹੈ ਤਨਕ ਤੰਦਲ ਜਗਦੀਸ਼ੇ ਦੈ ਸੁਦਾਮਾ। ਤਨਕ ਥੋੜ੍ਹੇ ਜਿਹੇ ਤੰਦਲ ਚੌਲ, ਇਹ ਵਿਚਾਰਾ ਗਰੀਬ ਬ੍ਰਾਹਮਣ ਕ੍ਰਿਸ਼ਨ ਨੂੰ ਮਿਲ ਗਿਆ ਅਤੇ ਉਹ ਉਹਨੇ ਥੋੜ੍ਹੇ ਜਿਹੇ ਚੌਲ ਭੇਟਾ ਕੀਤੇ। ਤਾਂ ਤੇ ਪਾਏ ਚਦਰ ਪਦਾਰਥ ਅਥਾਹ ਜੀ, ਉਹ ਥੋੜ੍ਹੇ ਜਿਹਾ ਚੌਲ ਲੈ ਕੇ ਅਤੇ ਚਾਰੇ ਪਦਾਰਥ ਉਹਨੂੰ ਮਾਲਾ ਮਾਲ ਕਰਤਾ, ਉਹਨੂੰ ਰਜਾ ਦਿੱਤਾ। ਤਾਂ ਤੇ ਪਾਏ ਚਤਰ ਪਦਾਰਥ ਅਸਾਹ ਜੀ। ਤੀਜੀ ਤੁਕ ਵਿੱਚ ਇੱਕ ਗਜਿੰਦਰ ਜਿਹੜਾ ਹਾਥੀਆਂ ਦਾ ਵੱਡਾ ਹਾਥੀ ਸੀ, ਸਰਦਾਰ ਸੀ, ਉਹਨੇ ਕਿਸੇ ਵੇਲੇ ਐਸਾ, ਸਿਆਣੇ ਮੰਨਦੇ ਨੇ ਬੰਦੇ ਤੋਂ ਬਾਅਦ ਸੋਚਣ ਵਾਲੇ ਜਿਹੜੇ ਜਾਨਵਰ ਹਨ ਉਹਨਾਂ 'ਚ ਹਾਥੀ ਦਾ ਜ਼ਿਕਰ ਵੀ ਹੈ। ਮਨੁੱਖ ਤੋਂ ਬਾਅਦ ਜਿਹੜਾ ਕੋਈ ਦਿਮਾਗ ਰੱਖਦੇ ਨੇ ਕੁੱਤੇ ਵੀ ਹਨ, ਕਬੂਤਰ ਵੀ ਹੈਗੇ ਜੀ। ਪੁਰਾਣੇ ਸਮੇਂ 'ਚ ਇਹਨਾਂ ਪਾਸ ਚਿੱਠੀਆਂ ਲੋਕ ਭੇਜਦੇ ਹੁੰਦੇ ਸੀ, ਕੁੱਤਿਆਂ ਪਾਸੋਂ। ਸਾਡੇ ਦੇਖਣ ਦੀ ਗੱਲ, 35 ਸਾਲ ਹੋਏ ਉੱਥੇ, ਆ ਗਿਆ ਕਹਿਣ ਲੱਗਾ ਜੀ ਇਹ ਮੇਰਾ ਕੁੱਤਾ ਸਵਾਲ ਕੱਢੂਗਾ। ਦਫ਼ਤਰ ਵਿੱਚ ਲੰਚ ਦਾ ਟਾਈਮ ਸੀ, ਅਸੀਂ ਵੀ ਗਏ ਹੋਏ ਸੀ, ਗਿਆਨੀ ਗੁਰਦੀਪ ਸਿੰਘ ਵੀ ਉੱਥੇ ਹੀ ਸੀ, ਅਤੇ ਅਸੀਂ ਸ਼ੁਗਲ ਵਿੱਚ ਵੀ ਚਲੋ ਵੇਖੋ ਬਈ। ਅਤੇ ਸਾਡਾ ਜਿਹੜਾ ਅਕਾਊਂਟੈਂਟ ਸੀ ਨਾ, ਉਹ ਹੈਗਾ ਸੀ MA। ਕਣਕ ਜੀ ਜ਼ਰਬ ਦਾ ਸਵਾਲ ਦੱਸੋ, ਜਮ੍ਹਾਂ ਦਾ ਦੱਸੋ, ਤਫਰੀਕ ਦਾ ਦੱਸੋ, ਜਿੱਦਾਂ ਦਾ ਕੋ ਕੁੱਤਾ ਕੱਢੂਗਾ। ਸਾਡੇ ਵੇਖਣ ਦੀ ਗੱਲ, ਉਹਨੇ ਸਕੂਲਾਂ ਵਿੱਚ ਜਾ ਕੇ, ਯੂਨੀਵਰਸਿਟੀਆਂ ਵਿੱਚ ਜਾ ਕੇ ਉਸਨੇ ਕਿਹਾ ਮੇਰੇ ਕੁੱਤੇ 'ਤੇ ਸਵਾਲ ਪਾਵੇ ਕੱਢੂਗਾ। ਉਹ ਸਵਾਲ ਦੱਸਿਆ, ਉਹ ਕਹਿਣਗੇ ਜਮ੍ਹਾਂ 'ਤੇ 2-2-4 ਸੌਖਾ ਹੈ, ਤਫਰੀਕ 'ਚੋਂ 'ਚੋਂ 2 ਕੱਢਿਆ ਵੀ ਸੌਖਾ ਹੈ। ਉਹਨਾਂ ਨੇ ਜ਼ਰਬਾਂ ਦਾ ਮੁਸ਼ਕਲ ਸਵਾਲ ਇੱਕ ਪਾਇਆ ਵੀ ਇਹ ਵੱਡੀ ਰਕਮਾਂ ਦਾ। ਹੁਣ ਜਿੱਦਾਂ ਤਾਸ਼ ਦੇ ਪੱਤੇ ਹੁੰਦੇ 1-2-3-4-5-6-7-9-10, ਅੱਗੇ 0 ਹੈ ਲੱਗੀ ਹੋਈ, ਉਹ ਪੱਤੇ ਪਏ ਸੀ ਉਹ ਰੱਖੇ ਹੋਏ। ਹੁਣ ਸਵਾਲ ਪਾਇਆ ਤਾਂ ਉਹੋ ਹੀ ਸਵਾਲ ਉਸ ਜਿਹਨੇ ਕੁੱਤਾ ਪਾਲਿਆ ਹੋਇਆ ਸੀ ਨਾ, ਉਹਨੇ ਉਹ ਸਵਾਲ ਮੂੰਹੋਂ ਕਹਿ ਕੇ ਵੀ ਆਹ ਸਵਾਲ ਹੈ। ਉੱਧਰ ਤੋਂ ਉਹ ਅਕਾਊਂਟੈਂਟ ਕੱਢਣ ਲੱਗ ਪਿਆ, MA ਪੜ੍ਹਿਆ ਹੋਇਆ, ਉਹਦਾ ਧਿਆਨ ਇੱਧਰ ਤਮਾਸ਼ੇ ਵੱਲ ਸੀ। ਉਹ ਕੁਦਰਤ ਐਸੀ ਹੋਈ ਵੀ ਕੁੱਤੇ ਦਾ ਸਵਾਲ ਸਹੀ ਅਤੇ ਅਕਾਊਂਟੈਂਟ ਦਾ ਗਲਤ। ਅਤੇ ਸਾਡੇ ਉੱਥੇ ਉਹਨਾਂ ਦਿਨਾਂ 'ਚ ਹੁੰਦੇ ਸੀ ਬੜੇ ਮਖੌਲੀ ਹਸਮੁਖੇ ਗਿਆਨੀ ਹਜ਼ਾਰਾ ਸਿੰਘ, ਉਹ ਕਹਿਣ ਲੱਗੇ ਮੈਨੇਜਰ ਸਾਹਿਬ ਹੁਣ ਤੁਸੀਂ ਇਹਨੇ ਕੁੱਤੇ ਨੂੰ ਅਕਾਊਂਟੈਂਟ ਰੱਖ ਲਓ ਇੱਥੇ, ਇਹਦਾ ਸਵਾਲ ਸਹੀ ਨਿਕਲਿਆ ਅਤੇ ਇਹਦਾ ਤੁਹਾਡੀ MA ਪੜ੍ਹੇ ਤਾਂ ਗਲਤ ਨਿਕਲਿਆ। ਭਾਵ ਕੀ, ਇਹ ਦਿਮਾਗ ਬੰਦੇ ਤੋਂ ਬਾਅਦ ਇਹਨਾਂ ਦੇ ਦਿਮਾਗ ਨੇ, ਹਾਥੀ ਵੀ ਇਹਨਾਂ 'ਚ ਹੈ। ਇਹ ਨੇ ਕਵਲ ਫੁੱਲ, ਕੋਈ ਮਹਾਂਪੁਰਖ ਬੈਠੇ ਸੀ ਉਹਨਾਂ ਦੇ ਸਾਹਮਣੇ, ਗਜਿੰਦਰ ਨੇ ਹਾਥੀਆਂ ਦੇ ਸਰਦਾਰ ਨੇ, ਉਹ ਐਂ ਭੇਟਾ ਕੀਤੇ। ਉਹ ਸਮਾਧੀ 'ਚ ਬੈਠੇ ਸੀ, ਅਨੰਦ 'ਚ ਬੈਠੇ ਸੀ, ਉਹ ਪ੍ਰਸੰਨ ਹੋ ਗਏ, ਉਹਨਾਂ ਵਰ ਦੇ ਦਿੱਤਾ। ਉਹਦਾ ਜ਼ਿਕਰ ਹੈ ਦੁਖਤ ਗਜਿੰਦ ਅਰ ਬਿੰਦ ਗਹਿ ਭੇਟ ਰਾਖੇ। ਉਹ ਦੁਖੀ ਗਜਿੰਦਰ ਨੇ ਉਹ ਜਿਹੜੀ ਭੇਟਾ ਰੱਖੀ ਸੀ ਨਾ, ਉਹ ਵਰ ਮਿਲਿਆ ਹੋਇਆ ਸੀ,
ਉਹ ਦੁਖੀ ਹੋ ਕੇ ਜਦੋਂ ਉਹਨੇ ਤੰਦੂਏ ਨੇ ਪਾਣੀ ਲਗਾ ਪੀਣ ਨਦੀ ਵਿੱਚ ਅਤੇ ਤੰਦੂਏ ਨੇ ਖਿੱਚ ਲਿਆ ਉਹਦਾ ਪੈਰ ਸੀ ਉਹ ਆਪਣੇ ਮੂੰਹ 'ਚ ਪਾ ਲਿਆ ਲੱਗਾ ਖਿੱਚ ਖਿੱਚੀ ਜਾ ਰਿਹਾ ਖਿੱਚੀ ਜਾ ਰਿਹਾ ਜਾਂ ਥੋੜ੍ਹੀ ਜਿਹੀ ਸੁੰਡ ਰਹਿ ਗਈ ਨਾ ਬਲੀ ਸੀ ਉਹ ਤੰਦੂਆ ਵੀ ਪਹਿਲੇ ਕੁੜਦੇ ਰਹੇ ਪਰ ਹਾਰ ਥੱਕ ਗਿਆ ਉਸ ਵੇਲੇ ਉਹਨੇ ਸੋਚ ਸ਼ਕਤੀ ਉਹਦੇ ਵਿੱਚ ਵੀ ਹੈ ਉਹਨੇ ਯਾਦ ਕੀਤਾ ਅਤੇ ਕੀ ਹੋਇਆ ਤਾਂ ਕਿ ਕਾਜੇ ਚੱਕਰਪਨ ਅਣਗ੍ਰਸੇ ਗਾਹ ਜੂ ਉਸ ਵੇਲੇ ਪਰਮੇਸ਼ਰ ਨੇ ਸੁਦਰਸ਼ਨ ਚੱਕਰ ਨਾਲ ਤੰਦੂਏ ਦੀਆਂ ਸਾਰੀਆਂ ਤਾਰਾਂ ਕੱਟ ਸਿੱਟੀਆਂ ਅਤੇ ਉਹਨੂੰ ਹਾਥੀ ਨੂੰ ਬਚਾ ਲਿਆ ਤੀਸਰੀ ਤੁੱਕ ਵਿੱਚ ਇਹ ਜ਼ਿਕਰ ਹੈ ਅਤੇ ਚੌਥੀ ਤੋਂ ਕੁਝ ਭਾਈ ਸਾਹਿਬ ਕਹਿੰਦੇ ਕਹਾਂ ਕੋਊ ਕਰੇ ਕੱਚ ਹੋ ਤਾਂ ਨਾ ਕਹਾਂ ਸਾਡੇ ਕੀਤਿਆਂ ਕੁਛ ਨਹੀਂ ਹੋ ਸਕਦਾ ਅਸੀਂ ਕੀ ਕਰ ਸਕਦੇ ਹਾਂ ਜਾਂ ਕੀ ਪ੍ਰਭ ਮੰਨ ਲੈ ਜਿਹਦੀ ਉਹ ਮੰਨ ਲਵੇ ਸਭਾ ਸੁਖਤਾ ਸਭਾ ਕੁਛ ਜਿਹਦੀ ਉਹ ਮੰਨ ਲਵੇ ਜਿਹੜਾ ਉਹਦੇ ਦਰ 'ਤੇ ਕਬੂਲ ਪੈ ਜਾਏ ਜਿਹਦੀ ਉਹ ਸੁਣ ਲਵੇ ਸਾਡੇ ਵੱਸ ਦੀ ਗੱਲ ਨਹੀਂ ਕਹਾਂ ਕੋਊ ਕਰੇ ਕੱਚ ਹੋ ਤਾਂ ਨਾ ਕਹਾਂ ਸਾਡੇ ਕੀਤਿਆਂ ਕੀ ਹੋ ਸਕਦਾ ਹਾਂ ਜਾਂ ਕੀ ਪ੍ਰਭ ਮੰਨ ਲੈ ਜਿਹਦੀ ਅਰਦਾਸ ਉਹ ਸੁਣ ਲਵੇ ਸਭਾ ਸੁਖਤਾ ਹਜੂ ਉਹਦੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਉਹਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਉਹਦੀ ਪੈ ਜਵਾਬ ਰੱਖਦਾ ਸਾਹਿਬਾ ਸਤਨਾਮ ਸਿੰਘ ਇਹ ਹੈ ਸ਼ਬਦ ਦਾ ਭਾਵ ਜਿਹੜਾ ਆਪਾਂ ਇਹ ਇੱਕ ਬਹੁਤ ਪੁਰਾਣੀ ਰੀਤ ਹੈ ਹੁਣ ਆਪਾਂ ਦੋ ਚਾਰ ਮਿੰਟ ਇਸ ਦਾ ਆਨੰਦ ਮਾਣਨਾ ਫਿਰ ਦੂਸਰਾ ਸ਼ਬਦ ਸ਼ੁਰੂ ਕਰਾਂਗੇ ਚਤੁਰ ਪਦਾਰਥ ਅਸਾਹ ਜੀ ਦੁੱਖ ਤੇ
गजेंद अरविंद गए पेट राखे ताके काज चक्रपान ताके काज चक्रपान अनुकल अनुग्रस्य ग्रह ताके काज चक्रपान अनुग्रस्य अनुग्रस्य का है का तो तारे का Drop the sea.